ਡੰਗਰਾਂ 'ਚ ਰਹਿ ਕੇ ਤੇਰੀ ਕੋਈ ਪਛਾਣ ਨਹੀਂ ਬਣਨੀ, ਪਿੰਡ 'ਚ ਰਹਿ ਕੇ ਤੇਰਾ ਕੋਈ ਨਾਮ ਨਹੀਂ ਹੋਣਾ, ਖੇਤੀ 'ਚੋਂ ਕੁਛ ਬਚਣਾ ਨਹੀਂ, ਕਿਸੇ ਨੇ ਤੈਨੂੰ ਪੁੱਛਣਾ ਨਹੀਂ, ਸੋਸਾਇਟੀ 'ਚ ਕੋਈ ਤੇਰੀ ਇੱਜ਼ਤ ਨਹੀਂ ਹੋਣੀ। ਇੰਨਾ ਪੜ੍ਹਿਆ ਲਿਖਿਆ ਜੁਡੀਸ਼ਰੀ ਦਾ ਪੇਪਰ ਦੇ ਲਾ ਜਾਂ ਹਾਈਕੋਰਟ 'ਚ ਪ੍ਰੈਕਟਿਸ ਹੀ ਕਰਨ ਲਾ ਜਾ, ਤੇਰੀ ਟੌਹਰ ਬਣ ਜੂਗੀ, ਚਾਰ ਬੰਦੇ ਤੈਨੂੰ ਜਾਣਨ ਲੱਗ ਜਾਣਗੇ। ਇਹ ਸਭ ਨਾ ਯਾਰ ਮੈਨੂੰ ਬਹੁਤ ਸੁਣਨ ਨੂੰ ਮਿਲਿਆ ਸੀਗਾ ਜਦ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਬਟ ਇੱਕ ਗੱਲ ਕਹਾਂ, ਅੱਜ ਉਹੀ ਡੰਗਰਾਂ ਕਰਕੇ ਉਹੀ ਖੇਤੀ ਕਰਕੇ ਮੇਰਾ ਇੰਨਾ ਕੁ ਨਾਮ ਆ ਨਾ ਜਿੰਨਾ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਇੰਨੇ ਕੁ ਲੋਕ ਜਾਣਦੇ ਨੇ ਨਾ ਅੱਜ ਆਪਾਂ ਨੂੰ ਜਿਹਦੀ ਮੈਨੂੰ ਕਦੇ ਉਮੀਦ ਵੀ ਨਹੀਂ ਸੀਗੀ। ਯਾਰ ਮੈਂ ਆਪਣਾ ਕੰਮ ਸੱਚੇ ਸੁੱਚੇ ਤਰੀਕੇ ਨਾਲ ਕੀਤਾ, ਆਪਣੀ ਮਿਹਨਤ 'ਚ ਕੋਈ ਕਮੀ ਨਹੀਂ ਛੱਡੀ, ਅਤੇ ਰੱਬ ਨੇ ਉਹਦਾ ਫਲ ਦੇਣ 'ਚ ਕੋਈ ਕਮੀ ਨਹੀਂ ਛੱਡੀ। ਜੇ ਮੈਂ ਕੋਈ ਵੀ ਹੋਰ ਕੰਮ ਕਰ ਲੈਂਦਾ ਨਾ ਮੇਰਾ ਇੰਨਾ ਨਾਮ ਨਹੀਂ ਹੋਣਾ ਸੀਗਾ ਜਿੰਨਾ ਇਹ ਡੰਗਰਾਂ ਨੇ ਬਣਵਾ ਤਾ। ਇਹਨਾਂ ਦਾ ਦੇਣਾ ਮੈਂ ਕਦੇ ਦੇ ਨਹੀਂ ਸਕਦਾ ਯਾਰ। ਯਾਰ ਇੱਕ ਗੱਲ ਕਹਾਂ, ਜੇ ਆਪਾਂ ਨੂੰ ਭੀੜ ਤੋਂ ਅਲੱਗ ਜ਼ਿੰਦਗੀ ਚਾਹੀਦੀ ਹੈ ਨਾ, ਤਾਂ ਆਪਣੇ 'ਚ ਭੀੜ ਤੋਂ ਉਲਟ ਖੜਨ ਦਾ ਹਿੰਮਤ ਵੀ ਹੋਣੀ ਚਾਹੀਦੀ ਆ। ਫਿਰ ਭਾਵੇਂ ਇਕੱਲੇ ਸਾਰੀ ਦੁਨੀਆ ਦੇ ਸਾਹਮਣੇ ਕਿਉਂ ਨਾ ਖੜਨਾ ਪਵੇ, ਆਪਣੇ ਸੁਪਨਿਆਂ ਲਈ ਖੜੋ, ਤਾਂ ਹੀ ਯਾਰ ਉਹ ਪੂਰੇ ਹੋਣਗੇ।